ਗੁਰਦਾਸਪੁਰ ਦੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵਿੱਚ ਲੱਗਿਆ ਕਿਸਾਨ ਮੇਲਾ। ਪੰਜਾਬ ਐਗਰੀਕਲਚਰ ਯੂਨੀਵਰਸਿਟੀ ਗੁਰਦਾਸਪੁਰ ਵਿੱਚ ਲੱਗੇ ਕਿਸਾਨ ਮੇਲੇ ਵਿੱਚ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਜਦਕਿ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾਕਟਰ ਬਲਦੇਵ ਸਿੰਘ ਢਿੱਲੋਂ ਪੰਜਾਬ ਯੂਨੀਵਰਸਿਟੀ ਲੁਧਿਆਣਾ ਤੋਂ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਮੌਕੇ 'ਤੇ ਮੁੱਖ ਮਹਿਮਾਨ ਨੇ ਖੇਤਰੀ ਕੇਂਦਰ ਗੁਰਦਾਸਪੁਰ ਵਿੱਚ ਵੱਖ ਵੱਖ ਬੀਜਾਂ ਦੀ ਜਾਣਕਾਰੀ ਹਾਸਲ ਕੀਤੀ ਅਤੇ ਲੱਗੇ ਬੀਜਾਂ ਦੇ ਸਟਾਲਾਂ ਦਾ ਨਿਰੀਖਣ ਕੀਤਾ ਅਤੇ ਆਪਣੇ ਸੁਝਾਅ ਅਧਿਕਾਰੀਆਂ ਨੂੰ ਦਿੱਤੇ। ਮੇਲੇ ਵਿੱਚ ਆਏ ਕਿਸਾਨਾਂ ਨੂੰ ਸੰਬੋਧਨ ਕੀਤਾ, ਜਦਕਿ ਮੇਲੇ ਵਿੱਚ ਆਏ ਕਿਸਾਨਾਂ ਨੇ ਸਰਕਾਰਾਂ 'ਤੇ ਗੰਭੀਰ ਦੋਸ਼ ਲਾਏ। ਉੱਥੇ ਹੀ ਮੀਡੀਆ ਨਾਲ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਕਿਹਾ ਹੈ ਕਿ ਸਭ ਤੋਂ ਪਹਿਲਾਂ ਮੈਂ ਸਰਕਾਰ ਤਰਫੋਂ ਕਿਸਾਨਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਦੇਸ਼ ਦੇ ਲੋਕਾਂ ਨੂੰ ਜੋ ਵੀ ਚਾਹੀਦਾ ਹੈ ਉਹ ਕਿਸਾਨ ਫਸਲਾਂ ਉਗਾ ਕੇ ਲੋਕਾਂ ਤੱਕ ਪਹੁੰਚਾਉਣ, ਜਿਸ ਕਾਰਨ ਅੱਜ ਕਿਸਾਨ ਮੇਲੇ ਵਿੱਚੋਂ ਵੱਖ ਵੱਖ ਬੀਜ ਖਰੀਦ ਕੇ ਜਾ ਰਹੇ ਹਨ ਅਤੇ ਸਾਲ ਵਿੱਚ 2 ਵਾਰੀ ਮੇਲੇ ਲੱਗਣ 'ਤੇ ਕਿਸਾਨ ਸਹੀ ਬੀਜ ਖਰੀਦਣ ਤਾਂ ਜੋ ਪੈਦਾਵਾਰ ਵਧਾਈ ਜਾ ਸਕੇ। ਬੀਜ ਦਾ ਝਾੜ ਘੱਟ ਨਿਕਲਦਾ ਵਾਅਦੇ ਮੁਤਾਬਕ, ਔਰ ਜੋ ਵਾਅਦਾ ਕਰਦੇ ਨੇ ਉਹਦੇ ਮੁਤਾਬਕ ਬੀਜ ਦੀ ਕੁਆਲਿਟੀ ਵੀ ਪੂਰੀ ਨਹੀਂ ਬਣਦੀ। ਜਿਹੜੇ ਇਹ ਮਤਲਬ ਯੂਨੀਵਰਸਿਟੀਆਂ ਨੂੰ ਬੀਜ ਦਿੰਦੀਆਂ ਨੇ, ਪੰਜਾਬ ਯੂਨੀਵਰਸਿਟੀ ਖਾਸ ਤੌਰ 'ਤੇ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ, ਇਹਨਾਂ ਦਾ ਕੋਈ ਵੀ ਬੀਜ ਜਿਹੜਾ ਹਾਈਬ੍ਰਿਡ ਬੀਜਾਂ ਦੇ ਮੁਕਾਬਲੇ ਨਹੀਂ ਉਤਰਦਾ। ਬੀਜ ਸਰ ਓਰਿਜਨਲ ਦਿੱਤਾ ਜਾਂਦਾ ਹੋਊਗਾ, ਲੇਕਿਨ ਸਾਡੇ ਖਰਚੇ ਨਹੀਂ ਨਿਕਲਦੇ। ਜਿਹੜੀ ਦਵਾਈ ਪਿਛਲੀ ਵਾਰ 300 ਰੁਪਏ ਕਿਲੋ ਮਿਲਦੀ ਸੀ 500 ਗ੍ਰਾਮ, ਐਤਕੀ ਡਬਲ ਰੇਟ ਹੋ ਗਿਆ ਉਹਦਾ। ਇਸ ਕਰਕੇ ਖਾਦ ਵੀ ਮਹਿੰਗੀ ਹੋ ਗਈ, ਦਵਾਈ ਵੀ ਮਹਿੰਗੀ, ਕਿਸਾਨ ਦਾ ਪੂਰਾ ਪੱਲਾ ਨਹੀਂ ਹੋ ਰਿਹਾ। ਝੂਠ ਬੋਲਣ ਦੀ ਸਰਕਾਰ, ਗੰਨੇ ਦਾ ਕੋਈ ਬਕਾਇਆ ਨਹੀਂ ਮਿਲ ਰਿਹਾ, ਜ਼ਿਮੀਦਾਰ ਭੁੱਖਾ ਮਰਨ ਡਿਆ ਮਰਨ ਦੇ ਕਿਨਾਰੇ ਬੈਠਾ ਇਸ ਟਾਈਮ। ਵਾਅਦਾ ਕਰ ਦਿੰਦੇ ਪੈਸੇ ਦੇ ਦਾਂਗੇ, ਨਹੀਂ ਦੇ ਰਹੇ। ਪਿਛਲੇ ਸਾਲ ਦੇ ਪੈਸੇ ਵੀ ਨਹੀਂ ਮਿਲ ਰਹੇ, ਅਜੇ ਤੱਕ ਬਕਾਇਆ ਨਹੀਂ ਮਿਲ ਰਿਹਾ ਗੰਨੇ ਦਾ, ਨਾ 25 ਰੁਪਏ ਨਾ 285 ਰੁਪਏ। ਜ਼ਿਮੀਦਾਰ ਤਰਲੇ ਮਾਰ ਮਾਰ ਹਟ ਗਿਆ, ਕੋਈ ਨਹੀਂ ਸੁਣਦਾ ਜ਼ਿਮੀਦਾਰ ਦੀ। ਸਰ ਸਭ ਤੋਂ ਪਹਿਲਾਂ ਤਾਂ ਮੈਂ ਪੰਜਾਬ ਦੇ ਕਿਸਾਨਾਂ ਨੂੰ, ਪੰਜਾਬ ਸਰਕਾਰ ਵੱਲੋਂ, ਮੁੱਖ ਮੰਤਰੀ ਜੀ ਵੱਲੋਂ ਅੱਜ ਦੇ ਕਿਸਾਨ ਮੇਲੇ ਦੀ ਲੱਖ ਲੱਖ ਵਧਾਈ ਪੇਸ਼ ਕਰਦਾ। ਗੁਰੂ ਮਹਾਰਾਜ ਕਿਰਪਾ ਕਰੇ ਕਿ ਪੰਜਾਬ ਦੇ ਕਿਸਾਨ ਹਮੇਸ਼ਾ ਖੁਸ਼ ਰਹਿਣ ਔਰ ਤਕੜੇ ਹੋ ਕੇ ਸਮੇਂ-ਸਮੇਂ 'ਤੇ ਜੋ ਦੇਸ਼ ਨੂੰ, ਲੋਕਾਂ ਨੂੰ ਚਾਹੀਦਾ ਉਹਨੂੰ ਸਹੀ ਮਿਹਨਤ 'ਚ ਉਗਾ ਕੇ ਸਹੀ ਵਧੀਆ ਕੁਆਲਿਟੀ ਪੈਦਾ ਕਰਕੇ ਲੋਕਾਂ ਤੱਕ ਪਹੁੰਚਾਉਣ। ਸੋ ਮੈਂ ਸਮਝਦਾ ਕਿ ਅੱਜ ਦੇ ਦਿਨ ਜੋ ਕਿਸਾਨ ਮੇਲਾ, ਕਿਸਾਨ ਵੀਰ ਆ ਕੇ ਇੱਥੇ ਤਰ੍ਹਾਂ ਤਰ੍ਹਾਂ ਦੇ ਬੀਜ ਲੈ ਕੇ ਜਾਂਦੇ ਨੇ ਔਰ ਦੇਖਦੇ ਨੇ ਫਸਲਾਂ ਦੇ, ਦੇਖਣ ਥੋੜ੍ਹੀ ਥੋੜ੍ਹੀਆਂ ਫਸਲਾਂ ਬੀਜੀਆਂ ਹੋਈਆਂ ਨੇ, ਕਿਹੜੀ ਫਸਲ ਲਾਹੇਵੰਦ ਆ, ਕਿਹੜੀ ਨਹੀਂ ਹੈ। ਔਰ ਜਿਵੇਂ ਅੱਜ ਕੱਲ੍ਹ ਫਰੂਟ ਨੇ, ਅਮਰੂਦ ਹੈ, ਪਪੀਤਾ ਹੈ, ਇਹਨਾਂ ਦੇ ਬੂਟੇ ਵੀ ਦਿੱਤੇ ਜਾਂਦੇ ਨੇ।